ਹਰ ਵਾਰ ਲਗਾਤਾਰ ਕੋਸ਼ਿਸ਼ ਪੂਰੀ ਕਰਦੇ ਹੋ, ਕਸਰ ਕੋਈ ਨਹੀਂ ਛੱਡਦੇ, ਪਰ ਝੋਨੇ ਦੀ ਫਸਲ ਤੋਂ ਤੁਹਾਨੂੰ ਮਨ ਚਾਹਿਆ ਝਾੜ ਨਹੀਂ ਮਿਲਦਾ, ਫਸਲ ਨਿਰਾਸ਼ ਕਰ ਦਿੰਦੀ ਹੈ। ਜੇਕਰ ਤੁਹਾਡੇ ਨਾਲ ਇਸ ਤਰ੍ਹਾਂ ਲਗਾਤਾਰ ਵਾਪਰਦਾ ਪਿਆ ਤਾਂ ਇਹ ਵੀਡੀਓ ਤੁਹਾਡੇ ਲਈ ਬੇਹੱਦ ਕੰਮ ਦੀ ਸਿੱਧ ਹੋਣ ਵਾਲੀ ਹੈ। ਅੱਜ ਦੀ ਇਸ ਵੀਡੀਓ ਰਾਹੀਂ ਆਪਾਂ ਤੁਹਾਡੇ ਨਾਲ ਝੋਨੇ ਦੀ ਸਫਲ ਕਾਸ਼ਤ ਕਰਨ ਸੰਬੰਧੀ ਕੁਝ ਬੇਹੱਦ ਅਹਿਮ ਅਤੇ ਲਾਜ਼ਮੀ ਨੁਕਤਿਆਂ ਦੀ ਸਾਂਝ ਪਾਉਣ ਲੱਗੇ ਹਾਂ। ਇਹ ਨੁਕਤੇ ਤੁਹਾਨੂੰ ਤੁਹਾਡੀ ਝੋਨੇ ਦੀ ਫਸਲ ਤੋਂ ਮਨ ਮਾਫਕ ਝਾੜ ਲੈਣ ਦੇ ਵਿੱਚ ਬੇਹੱਦ ਮਦਦਗਾਰ ਸਿੱਧ ਹੋਣਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਦਬੜੀਖਾਨਾ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਨੈਚੁਰਲ ਫਾਰਮਿੰਗ ਕੁਦਰਤੀ ਖੇਤੀ ਅਤੇ ਫੇਸਬੁੱਕ ਪੇਜ ਨੈਚੁਰਲ ਫਾਰਮਿੰਗ ਗੁਰਪ੍ਰੀਤ ਦਬੜੀਖਾਨਾ 'ਤੇ। ਸੋ ਦੋਸਤੋ, ਨੋਟ ਕਰੋ, ਪਹਿਲਾ ਨੁਕਤਾ, ਝੋਨੇ ਦੀ ਫਸਲ ਨੂੰ ਜੜ੍ਹਾਂ ਦੀ ਫੰਗਸ ਅਤੇ ਨੀਮਾਟੋਡ ਦੇ ਅਟੈਕ ਤੋਂ ਸੁਰੱਖਿਅਤ ਰੱਖਣ ਲਈ ਜ਼ਮੀਨ ਤਿਆਰ ਕਰਦੇ ਸਮੇਂ ਪ੍ਰਤੀ ਏਕੜ 2 ਕਿਲੋ ਟ੍ਰਾਈਕੋਡਰਮਾ ਅਤੇ 2 ਕਿਲੋ ਹੀ ਨਿਮਾਟੋ ਫਰੀ ਜਾਂ ਬਾਇਓ ਨੀਮਾਟੋਨ ਨਾਮਕ ਜੈਵਿਕ ਪ੍ਰੋਡਕਟ ਜ਼ਮੀਨ ਦੇ ਵਿੱਚ ਮਿਲਾ ਕੇ ਜ਼ਮੀਨ ਤਿਆਰ ਕਰੋ। ਅਜਿਹਾ ਕਰਨ ਉਪਰੰਤ ਝੋਨਾ ਚਾਹੇ ਤੁਸੀਂ ਰਵਾਇਤੀ ਕੱਦੂ ਵਿਧੀ ਨਾਲ ਲਾਓ ਅਤੇ ਜਾਂ ਸੁੱਕਾ ਕੱਦੂ ਵਿਧੀ ਨਾਲ ਲਾਓ, ਤੁਹਾਡੀ ਝੋਨੇ ਦੀ ਫਸਲ ਨੂੰ ਜੜ੍ਹਾਂ ਦੀ ਫੰਗਸ ਨਹੀਂ ਲੱਗੇਗੀ ਅਤੇ ਨਾ ਹੀ ਜੜ੍ਹਾਂ ਦੇ ਉੱਤੇ ਨੀਮਾਟੋਡ ਦਾ ਅਟੈਕ ਹੋਵੇਗਾ। ਸੋ ਇਸ ਨੁਕਤੇ 'ਤੇ ਅਮਲ ਕਰਨ ਉਪਰੰਤ ਤੁਹਾਡੇ ਖੇਤ ਦੇ ਵਿੱਚ ਇਹਨਾਂ ਵਿੱਚੋਂ ਕੋਈ ਵੀ ਸਮੱਸਿਆ ਤੁਹਾਡੀ ਫਸਲ ਨੂੰ ਨਹੀਂ ਆਏਗੀ। ਨੁਕਤਾ ਨੰਬਰ 2, ਪਨੀਰੀ ਪੱਟਣ ਤੋਂ 1 ਦਿਨ ਪਹਿਲਾਂ ਸ਼ਾਮ ਦੇ ਸਮੇਂ ਪਨੀਰੀ ਉੱਤੇ ਪਾਥੀਆਂ ਦੇ ਪਾਣੀ ਦੀ ਸਪਰੇ ਕਰੋ। ਅਜਿਹਾ ਕਰਨ ਨਾਲ ਤੁਹਾਡੀ ਪਨੀਰੀ ਨੂੰ ਅਗਲੇ 3 ਦਿਨਾਂ ਲਈ ਲੋੜੀਂਦੀ ਖੁਰਾਕ ਪਾਥੀਆਂ ਦੇ ਪਾਣੀ ਦੇ ਰੂਪ 'ਚ ਉਪਲਬਧ ਹੋ ਚੁੱਕੀ ਹੈ। ਪਾਥੀਆਂ ਦੇ ਪਾਣੀ ਦੇ ਵਿੱਚ 1 ਪੌਦੇ ਦੀ ਲੋੜ ਦੇ 13 ਤੱਤ ਹੁੰਦੇ ਆ। ਜੇਕਰ ਤੁਸੀਂ ਪਾਥੀਆਂ ਦੇ ਪਾਣੀ ਦੀ ਸਪਰੇ ਕਰਕੇ ਅਗਲੇ ਦਿਨ ਪਨੀਰੀ ਪੱਟ ਕੇ ਟ੍ਰਾਂਸਪਲਾਂਟ ਕਰਦੇ ਹੋ ਤਾਂ ਤੁਹਾਡਾ ਝੋਨਾ ਲਾਉਣ ਸਾਰ ਚੱਲ ਪਵੇਗਾ। ਨੁਕਤਾ ਨੰਬਰ 3, ਝੋਨੇ ਦੀ ਫਸਲ ਤੋਂ ਚੰਗੀ ਕੁਆਲਿਟੀ ਦਾ ਮਨਚਾਹਿਆ ਝਾੜ ਅਤੇ ਆਮ ਦੇ ਮੁਕਾਬਲੇ ਜ਼ਿਆਦਾ ਫੋਟ ਲੈਣ ਲਈ ਝੋਨਾ ਵਿਰਲਾ ਲਵਾਓ। ਸੰਘਣਾ ਝੋਨਾ ਕਿਸੇ ਵੀ ਪੱਖੋਂ ਕਿਸਾਨ ਦੇ ਹਿੱਤ 'ਚ ਨਹੀਂ ਹੈਗਾ। ਸੰਘਣੀ ਲਵਾਈ ਕੰਪਨੀਆਂ ਦੇ ਕਾਰਪੋਰੇਟ ਦੇ ਵਾਰੇ ਨਿਆਰੇ ਕਰਦੀ ਹੈ। ਸੰਘਣਾ ਝੋਨਾ ਲਾਉਣ ਨਾਲ ਖੇਤ ਦੇ ਵਿੱਚ ਸਿੱਲ, ਹਨੇਰਾ ਅਤੇ ਹੁੰਮਸ ਵਾਲਾ ਮਾਹੌਲ ਪੈਦਾ ਹੁੰਦਾ ਅਤੇ ਇਹ ਮਾਹੌਲ ਤੁਹਾਡੀ ਫਸਲ ਦੇ ਉੱਤੇ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਲਈ ਜ਼ਿੰਮੇਦਾਰ ਹੁੰਦਾ। ਸੋ ਆਪਾਂ ਝੋਨਾ ਸੰਘਣਾ ਨਹੀਂ ਵਿਰਲਾ ਲਵਾਉਣਾ, ਘੱਟੋ ਘੱਟ ਫੁੱਟ ਬਾਏ ਫੁੱਟ 'ਤੇ, ਬੂਟੇ ਤੋਂ ਬੂਟਾ, ਲਾਈਨ ਤੋਂ ਲਾਈਨ ਫੁੱਟ ਦੇ ਫਾਸਲੇ ਦੇ ਨਾਲ ਆਪਾਂ ਝੋਨਾ ਲਾਉਣਾ। ਅਜਿਹਾ ਕਰਨ ਨਾਲ ਝੋਨੇ ਦੀ ਫੋਟ ਵੀ ਵੱਧ ਹੋਏਗੀ ਅਤੇ ਹਵਾ ਰੌਸ਼ਨੀ ਭਰਪੂਰ ਮਾਤਰਾ 'ਚ ਫਸਲ ਨੂੰ ਮਿਲੇਗੀ। ਨਤੀਜੇ ਵਜੋਂ ਤੁਹਾਨੂੰ ਉੱਚ ਕੁਆਲਿਟੀ ਦਾ ਵਜਨਦਾਰ ਝਾੜ ਹਾਸਲ ਹੋਵੇਗਾ। ਨੁਕਤਾ ਨੰਬਰ 4, ਵਿਰਲਾ ਝੋਨਾ ਲਾਉਣ ਉਪਰੰਤ ਝੋਨੇ ਦਾ ਪਾਲਣ ਪੋਸ਼ਣ ਕਰਦੇ ਸਮੇਂ
ਖੇਤ ਦੇ ਵਿੱਚ ਲਗਾਤਾਰ ਪਾਣੀ ਖੜ੍ਹਾ ਰੱਖਣ ਦੀ ਉਕਾਈ ਲੋੜ ਨਹੀਂ ਹੈਗੀ। ਸਿਰਫ ਅਤੇ ਸਿਰਫ ਨਦੀਨਾਂ ਨੂੰ ਕੰਟਰੋਲ ਕਰਨ ਲਈ ਤੁਸੀਂ ਪਹਿਲੇ 10-15 ਦਿਨ ਪਾਣੀ ਲਗਾਤਾਰ ਖੜ੍ਹਾ ਰੱਖ ਸਕਦੇ ਹੋ। ਉਸ ਤੋਂ ਬਾਅਦ ਝੋਨੇ ਨੂੰ ਪਾਣੀ ਸੁਕਾ ਸੁਕਾ ਕੇ ਲਾਉਣਾ ਸ਼ੁਰੂ ਕਰਿਓ। ਅਜਿਹਾ ਕਰਨ ਨਾਲ ਤੁਹਾਡੇ ਖੇਤ ਦੇ ਵਿੱਚ ਹਵਾ, ਰੌਸ਼ਨੀ, ਨਮੀ ਭਰਪੂਰ ਅਤੇ ਪਾਣੀ ਦੂਰੋਂ ਦੂਰ ਵਾਲਾ ਜਿਹੜਾ ਖੇਤੀ ਦਾ ਮੂਲ ਸਿਧਾਂਤ ਆ ਉਹ ਲਾਗੂ ਹੋ ਜੂਗਾ। ਜਿੱਥੇ ਹਵਾ, ਰੌਸ਼ਨੀ, ਨਮੀ ਭਰਪੂਰ ਅਤੇ ਪਾਣੀ ਦੂਰੋਂ ਦੂਰ ਵਾਲਾ ਖੇਤੀ ਦਾ ਮੂਲ ਕੁਦਰਤੀ ਸਿਧਾਂਤ ਲਾਗੂ ਹੋ ਜਾਂਦਾ, ਉੱਥੇ ਫਸਲ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਤੋਂ ਵੀ ਮੁਕਤ ਰਹਿੰਦੀ ਹੈ, ਸੁਰੱਖਿਅਤ ਰਹਿੰਦੀ ਹੈ, ਫਸਲ ਫੋਟ ਵੀ ਜ਼ਿਆਦਾ ਕਰਦੀ ਹੈ, ਫਸਲ ਤੋਂ ਉੱਚ ਗੁਣਵੱਤਾ ਦਾ ਵਜਨਦਾਰ ਝਾੜ ਵੀ ਹਾਸਲ ਹੁੰਦਾ। ਸੋ ਇਹ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀਆਂ ਕੀਤੀਆਂ, ਇਹ ਦਾਸ ਦੇ 19 ਸਾਲਾਂ ਦੇ ਤਜਰਬੇ ਦਾ ਨਿਚੋੜ ਹੈ। ਸੋ ਇਹਨਾਂ ਗੱਲਾਂ 'ਤੇ ਤੁਸੀਂ ਲਾਜ਼ਮੀ ਅਮਲ ਕਰਿਓ। ਜੇ ਤੁਹਾਡਾ ਮਨ ਸਾਰੀ ਜ਼ਮੀਨ 'ਤੇ ਨਹੀਂ ਮੰਨਦਾ, 4 ਕਨਾਲਾਂ 1 ਕਿੱਲੇ ਦੇ ਉੱਤੇ ਇਹਨਾਂ ਗੱਲਾਂ ਨੂੰ ਅਮਲ 'ਚ ਲਿਆ ਕੇ ਝੋਨੇ ਦੀ ਕਾਸ਼ਤ ਕਰਿਓ ਅਤੇ ਉਹਦੇ ਜਿਹੜੇ ਵੀ ਰਿਜ਼ਲਟ ਹੋਣਗੇ ਉਹ ਕਮੈਂਟਾਂ ਦੇ ਵਿੱਚ ਬੇਝਿਜਕ ਫੀਡਬੈਕ ਦੇ ਰੂਪ 'ਚ ਸਾਡੇ ਨਾਲ ਲਾਜ਼ਮੀ ਸਾਂਝੇ ਕਰਿਓ। ਆਸ ਕਰਦੇ ਹਾਂ ਇਹ ਜਾਣਕਾਰੀ ਤੁਹਾਡੇ ਲਈ ਬੇਹੱਦ ਲਾਹੇਵੰਦ ਸਿੱਧ ਹੋਵੇਗੀ। ਜੇ ਜਾਣਕਾਰੀ ਲੱਗੀ ਹੈ ਚੰਗੀ ਤਾਂ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈੱਲ ਆਈਕੋਨ 'ਤੇ ਕਰ ਦਿਓ ਕਲਿੱਕ ਅਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ, ਸ਼ੇਅਰ, ਫੋਲੋ ਅਤੇ ਰਿਕਮੈਂਡ ਕਰਨਾ ਨਾ ਭੁੱਲਿਓ। ਅੱਜ ਲਈ ਇੰਨਾ ਹੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।